आज पंजाब के पंचायत विकास मंत्री सरदार सिकंदर सिंह मलूका और बठिंडा जिला परिषद के चेयरमैन गुरप्रीत सिंह मलूका द्वारा साइकिल रैली निकाली गई, जिसमें अन्य लोगों ने भारी मात्रा में हिस्सा लिया और ये रैली अन्य गांव में निकाली गई। साथ ही साथ जिन किसानों की फसलों का काफी नुकसान हुआ है, उन किसानों को आज पंजाब सरकार की तरफ से चेक भी बांटे गए। इसमें पंचायत मंत्री सिकंदर सिंह मलूका का कहना है कि हमें हफ्ते में एक बार साइकिल का प्रयोग जरूर करना चाहिए ताकि हमारा शरीर स्वस्थ और तंदुरुस्त रहे। उन्होंने कहा कि हम किसानों को करीब 2 करोड़ तक के चेक बांट चुके हैं। नहीं, साइकिल रैली नहीं की जा रही। वैसे ही ना मन दे विच सारे सीगे, नाल सारे वर्कर भी आपा ਹੁਣ ਪਿੰਡਾਂ 'ਚ ਅੱਜ ਅਸੀਂ ਚੈੱਕ ਬਣਨੇ ਆ, ਕੋਠੇ ਗੁਰੂ ਬਣਨੇ ਆ, ਦਿਆਲਪੁਰੇ ਮਿਰਜੇ ਬਣਨੇ ਆ, ਗੁਮਟੀ ਬਣਨੇ ਆ, ਵੀ ਸਾਈਕਲਾਂ 'ਤੇ ਵੀ ਇੱਕ ਅੱਧੇ ਦਿਨ ਮਹੀਨੇ 'ਚ 2 ਦਿਨ ਘੱਟੋ ਘੱਟ ਆਪਾਂ ਜਿਹੜਾ ਟੂਰ ਆ ਪਿੰਡਾਂ 'ਚ ਜਾਂ ਸਾਈਕਲਾਂ 'ਤੇ ਕਦੇ ਨਾ ਕਦੇ ਮੋਟਰਸਾਈਕਲਾਂ 'ਤੇ ਵੀ ਕਰਿਆ ਕਰੀਏ। ਗੱਡੀਆਂ ਗੁੱਡੀਆਂ 'ਤੇ ਲੰਘ ਜਾਈਦਾ ਭੱਜ ਕੇ, ਨਾਲ ਲੋਕਾਂ ਨੂੰ ਕਈ ਵਾਰ ਪਤਾ ਲੱਗਦਾ ਵੀ ਨਾਲ ਲੋਕ ਹੋਏ ਨਾ, ਹੋਰ ਹੌਸਲਾ ਵੱਧਦਾ ਸਾਨੂੰ ਵੇਖ ਕੇ, ਹੋਰ ਵੀ ਲੋਕ ਸਾਈਕਲਾਂ 'ਤੇ ਥੋੜ੍ਹੀ ਬਹੁਤੀ ਯਾਤਰਾ ਕਰਨ ਲੱਗਣਗੇ। ਅੱਜ ਦੇ ਯੁੱਗ ਦੇ ਵਿੱਚ ਲੋਕ ਵਿਹਲੇ ਰਹਿਣ ਲੱਗ ਗਏ, ਕੰਮ ਤਾਂ ਕਰਦੇ ਨਹੀਂ, ਖਾਈ ਜਾਂਦੇ ਨੇ, ਮੋਟੇ ਹੋਈ ਜਾਂਦੇ ਨੇ, ਫਿਰ ਬਿਮਾਰੀਆਂ ਲੱਗਦੀਆਂ ਨੇ। ਸੋ ਇਹਦੇ ਨਾਲ ਕਾਫੀ ਫਾਇਦੇ ਹੋਣਗੇ, ਤੇਲ ਦੀ ਬੱਚਤ ਹੋਏਗੀ, ਸਰੀਰ ਵੀ ਵਧੀਆ ਤੰਦਰੁਸਤ ਰਹੇਗਾ। ਸੋ ਸ਼ੁਰੂਆਤ ਕਰਦੇ ਜੇ ਅਸੀਂ ਸ਼ੁਰੂਆਤ ਕਰਾਂਗੇ, ਸ਼ਾਇਦ ਲੋਕ ਵੇਖ ਕੇ ਇਹਨੂੰ ਜ਼ਿਆਦਾ ਵਧੀਆ ਕਰਨਗੇ, ਹੋਰ ਲੋਕਾਂ ਨੂੰ ਹੌਸਲਾ ਵਧੇਗਾ ਸਾਰਾ। ਅੱਜ ਕਿੰਨੇ ਪਿੰਡਾਂ ਵਿੱਚ ਚੈੱਕ ਬਣਨੇ? ਅੱਜ ਚੈੱਕ ਤਾਂ ਰੋਜ਼ ਹੀ 8-10 ਪਿੰਡਾਂ ਦੇ ਬਣਦੇ। ਬਠਿੰਡਾ ਸੇ ਅਜਾ ਟੀਵੀ ਨਿਊਜ਼ ਕੇ ਲਈ ਕੈਮਰਾਮੈਨ ਦੀਪੂ ਸ਼ਰਮਾ ਕੇ ਸਾਥ ਕੁਨਾਲ ਬਾਂਸਲ ਕੀ ਰਿਪੋਰਟ।